ਤੁਹਾਨੂੰ ਕਿੱਦਾਂ ਪਤਾ ਲੱਗਾ? ਸਰ ਫੋਨ ਆਇਆ ਸਾਡਾ ਬੇਟਾ ਨਾਲ ਛੋਟਾ ਜਿੰਨਾ ਦਾ ਪੱਟ ਟੁੱਟ ਗਿਆ, ਉਹਨਾਂ ਨੇ ਕਿਹਾ ਕਿ ਸਾਡੇ ਘਰ ਦੱਸ ਦੋ ਜਾ ਕੇ। ਉਹ ਕਿੰਨੇ ਕੁ ਸਾਲਾਂ ਦਾ ਬੇਟਾ ਤੁਹਾਡਾ? 8 ਸਾਲਾਂ ਦਾ। 8 ਸਾਲਾਂ ਦਾ ਜੀ। ਕੀ ਨਾਮ ਹੈ ਜੀ? ਪ੍ਰਿਆ। ਕਿਤਨਾ ਐਕਸੀਡੈਂਟ ਕਰਾਂ ਵਾਪਰੀ, ਕੀ ਗੱਲ ਹੋਈ ਆ? ਸਰ ਮੰਮੀ ਨੂੰ ਕੰਮ ਤੋਂ ਲੈਣ ਗਏ, ਆਪ ਜੌਬ ਤੋਂ ਆਏ ਬਾਅਦ ਉਹਨਾਂ ਮੈਨੂੰ ਲੈਣ ਗਏ ਸੀ ਕੰਮ ਤੋਂ। ਅੱਛਾ ਜੀ। ਹਾਂਜੀ। ਇਹ ਕਿੰਨੇ ਕੁ ਵਜੇ ਦੀ ਘਟਨਾ ਵਾ? 5 ਵਜੇ। 5 ਵਜੇ ਦੀ ਘਟਨਾ ਵਾ। ਤੁਹਾਨੂੰ ਕਿੱਦਾਂ ਪਤਾ ਲੱਗਾ? ਸਰ ਫੋਨ ਆਇਆ ਸਾਡਾ ਬੇਟਾ ਨਾਲ ਛੋਟਾ ਜਿੰਨਾ ਦਾ ਪੱਟ ਟੁੱਟ ਗਿਆ, ਉਹਨਾਂ ਨੇ ਕਿਹਾ ਕਿ ਸਾਡੇ ਘਰ ਦੱਸ ਦੋ ਜਾ ਕੇ। ਉਹ ਕਿੰਨੇ ਕੁ ਸਾਲਾਂ ਦਾ ਬੇਟਾ ਤੁਹਾਡਾ? 8 ਸਾਲਾਂ ਦਾ ਵਾ। 8 ਸਾਲਾਂ ਦਾ ਬੇਟਾ? ਹਾਂਜੀ। ਤੇ ਮੌਕੇ ਤੇ ਦੋਵਾਂ ਦੀ ਮੌਤ ਹੋ ਗਈ? ਨਹੀਂ, ਮੰਮੀ ਦੀ ਰਾਤ ਜਾਂਦੇ ਜਾਂਦੇ ਮੇਰੇ ਹਸਬੰਦ ਦੇ ਮੌਕੇ ਤੇ ਆ ਗਏ। ਮੁੰਡੇ ਦੀ ਕਿੰਨੀ ਉਮਰ ਹੈ? ਜਿਨ੍ਹਾਂ ਦੀ ਡੈਥ ਹੋਈ ਉਹ ਤੁਹਾਡੇ ਹਸਬੰਦ ਹੀ? ਮੇਰੇ ਹਸਬੰਦ। ਕਿੰਨੀ ਉਹਨਾਂ ਦੀ ਕਿੰਨੀ ਉਮਰ ਸੀ? ਉਹਨਾਂ ਦੀ ਹੈਗੀ 23 ਸਾਲ। 23 ਸਾਲ ਉਮਰ ਸੀ? ਹਾਂਜੀ। ਕੀ ਮੰਗ ਕਰਦੇ? ਕੀ ਮੰਗ ਕਰਦੇ ਹੁਣ ਪ੍ਰਸ਼ਾਸਨ? ਮੈਂ ਨਿਆਂ ਚਾਹੁੰਦੀ ਹਾਂ, ਜਿਨ੍ਹਾਂ ਨੇ ਮੇਰਾ ਘਰ ਵਿਚਾੜਿਆ ਹੋਵੇ ਉਹ ਚੜ ਜਾਣਗੇ। ਤੇ ਮੇਰਾ ਤੇ ਨਾ ਕੋਈ ਧੀ ਤੇ ਨਾ ਕੋਈ ਪੁੱਤ, ਮੇਰਾ ਤੇ ਘਰ ਵਾਲਾ ਹੀ ਮੇਰਾ ਸਹਾਰਾ ਹੈ। ਸਰਕਾਰੀ ਨੌਕਰੀ ਕਰਦਾ ਅੰਬਰਸਰ ਵਿਚ। ਕੀ ਕੰਮ ਕਰਦੇ ਨੇ? ਸਰਕਾਰੀ ਨੌਕਰੀ ਕਰਦੇ। ਕਿੱਥੋਂ ਆ ਰਹੇ ਸੀ ਭਾਜੀ? ਇਹ ਪੈਲਸ ਚ ਆਉਂਦੇ ਸੋਈ ਫਾਰਮ ਚ। ਤੇ ਤੁਹਾਨੂੰ ਕਿਵੇਂ ਪਤਾ ਲੱਗਾ ਜੀ? ਸਾਨੂੰ ਕਿਸੇ ਨੇ ਦੱਸਿਆ ਇੱਦਾਂ ਤੁਹਾਡੇ ਵਰਗੇ ਨੇ ਤੇ ਤੁਹਾਡੇ ਵਰਡਾਂ ਦਾ ਮੁੰਡਾ ਤੇ ਤੁਹਾਡੇ ਇੱਦਾਂ ਇੱਦਾਂ। ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ? ਸਾਨੂੰ ਪਤਾ ਨਹੀਂ ਲੱਗਾ, ਕਹਿੰਦੇ ਟਰੱਕ ਵੱਜ ਗਏ ਜੀ। ਐਕਸੀਡੈਂਟ ਹੋਇਆ ਤੇ ਮੋਟਰਸਾਈਕਲ ਕਾਲਾ ਆ ਤੇ ਜਨਾਨੀ ਨਾਲ ਇੱਕ ਨਿਆਣਾ ਆ, ਸਾਨੂੰ ਪਤਾ ਸੀ। ਤੇ ਚਲੋ ਨਿਆਣਾ ਤੇ ਅਸੀਂ ਫਿਰ ਵੇਖਣਾ ਇਹ ਬਲਡਾ ਬਲਡ ਗਿਆ ਨਾ ਤੇ ਅਸੀਂ ਸਮਝੇ ਤਾਂ ਉਹ ਹੀ ਚੱਲ ਸਾਡੇ ਬੰਦੇ ਵੀ ਗਏ ਉੱਧਰ ਤੇ ਉਹ ਸਾਡੇ ਬੰਦੇ ਨਿਕਲੇ ਕੁੜੀ ਆ। ਤਾਏ ਦਾ ਮੁੰਡਾ ਮੇਰੇ ਦਾ ਹੈ। ਉਸ ਟਰੱਕ ਡਰਾਈਵਰ ਦਾ ਤੁਹਾਨੂੰ ਭਾਜੀ ਪਤਾ ਲੱਗਾ? ਨਹੀਂ ਭਾਈ। ਉਸ ਗੱਡੀ ਦਾ ਪਤਾ ਨਹੀਂ ਲੱਗਾ ਤੁਹਾਨੂੰ? ਨਹੀਂ ਭਾਈ। ਗੱਡੀ ਕਹਿੰਦੇ ਘੇਰੀ ਇੱਥੇ ਮੁੰਡਾ ਬੰਦਾ ਇੱਥੇ ਹੀ ਆ। ਤੁਸੀਂ ਕੀ ਮੰਗ ਕਰਦੇ ਜੀ? ਹਾਂਜੀ। ਕੀ ਮੰਗ ਕਰਦੇ ਜੀ? ਕੀ ਮਤਲਬ? ਤੁਸੀਂ ਮਿਲਣੀ ਚਾਹੀਦੀ ਹੈ ਜੀ। ਹਾਂਜੀ। ਸਜ਼ਾ ਮਿਲਣੀ ਚਾਹੀਦੀ ਉਹਨੂੰ ਪੂਰੀ, ਮਤਲਬ ਉਹਦੀ ਕੀ ਗਲਤੀ, ਉਹਨੇ ਸਜ਼ਾ ਮਿਲਣੀ ਚਾਹੀਦੀ ਹੈ। ਤੇ ਉਹ ਜਿਹੜੇ ਇਹਨਾਂ ਦੇ ਨਾਲ ਕੌਣ ਕੌਣ ਸੀ? ਉਹ ਮੇਰੀ ਤਾਈ ਇੱਕ ਤੇ ਮੇਰੇ ਤਾਏ ਦਾ ਮੁੰਡਾ ਆ। ਤਾਈ ਦੀ ਕੀ ਕਿਸ ਹਾਲਤ ਵਿੱਚ ਨੇ? ਤਾਈ ਮੇਰੀ ਨਾਲ ਹੀ ਆਈ, ਇੰਨਾ ਨਹੀਂ ਮੈਨੂੰ ਪਤਾ। ਮੈਂ ਜੰਡਿਆਲੇ 'ਚ ਪਤਾ ਲੱਗਾ ਤੇ ਇੱਦਾਂ ਇੱਦਾਂ ਤੁਹਾਡੇ ਭਰਾ ਜੀ ਦੇ ਬੰਦੇ ਐਕਸੀਡੈਂਟ ਹੋ ਗਿਆ। ਬੱਚਾ ਜਿਹੜਾ ਕੋਈ ਛੋਟਾ ਛੋਟਾ ਦੱਸ ਰਹੇ ਨਾਲ? ਤਾਏ ਮੇਰੇ ਤਾਂ ਇਹ ਭਤੀਜਾ ਹੈ ਮੇਰਾ ਮੁੰਡਾ। ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਨਾਲ ਹੈ? ਪਰ ਉਮਰ ਤਾਂ ਹੈਗੀ 7-8 ਸਾਲ ਉਮਰ ਹੋਣੀ, 5-7 ਸਾਲ। ਤਾਈ ਦੇ ਨਾਂ ਦਾ ਪਤਾ? ਹਾਂਜੀ, ਸੁਮਿੱਤਰਾ। ਕੀ ਨਾਂ? ਸੁਮਿੱਤਰਾ। ਤੇ ਇਸ ਜਿਹਦੀ ਮ੍ਰਿਤਕ ਦੀ ਮੌਤ ਹੋਈ ਦਾ ਕੀ ਨਾਂ ਜੀ? ਇਹਦਾ ਨਾਂ ਰਮਨ। ਓਕੇ ਭਾਜੀ। ਜੋ ਅੱਜ ਪਿੰਡ ਗਹਿਰੀ ਮੰਡੀ ਵਿਖੇ ਫਾਟਕ ਦੇ ਉੱਤੇ ਐਕਸੀਡੈਂਟ ਹੋਇਆ ਵਾ, ਉਸ ਮ੍ਰਿਤਕ ਦਾ ਕੀ ਨਾਂ ਹੈ? ਉਸ ਮ੍ਰਿਤਕ ਦਾ ਰਮਨ ਕੁਮਾਰ ਸਰ। ਠੀਕ ਹੈ ਜੀ। ਇਹ ਕਿੰਨੇ ਜਾਣੇ ਸੀ? ਇਹ 3 ਜਣੇ ਸਰ। ਕਿਸ ਤਰ੍ਹਾਂ ਮੌਤ ਹੋਈ? ਸਰ ਟਰੱਕ ਵਿੱਚ ਮਾਰ ਗਿਆ। ਕਾਹਦੇ ਤੇ ਸੀ? ਇਹ ਮੋਟਰਸਾਈਕਲ ਦੇ ਮੁੰਡਾ। ਇਹਨਾਂ ਦੇ ਨਾਲ ਕੌਣ ਕੌਣ ਸੀ? ਇਹਨਾਂ ਦੀ ਮਦਰ ਨਾਲ, ਇਹਨਾਂ ਦਾ ਨਾਲ ਸੁਮਿੱਤਰਾ, ਨਾਲ ਭਤੀਜਾ ਹੈ ਉਹਦਾ, ਮੁੰਡੇ ਦਾ ਹੁੰਦਾ, ਮੇਰਾ ਪੋਤਰਾ ਹੈ ਨਿਕਲ ਉਹਦਾ ਨਾਲ। ਹਾਂਜੀ ਸਰ, ਮਤਲਬ ਤੁਸੀਂ ਕੀ ਮੰਗ ਕਰਦੇ ਜੀ? ਮੰਗ ਕਰਦੇ ਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਹੁਣ ਗਰੀਬ ਬੰਦੇ ਮਾਤਰ। ਹਾਂਜੀ। ਉਸ ਟਰੱਕ ਵਾਲੇ ਦਾ ਕੁਛ ਪਤਾ ਲੱਗਾ? ਟਰੱਕ ਵਾਲੇ ਨੂੰ ਕੀਤਾ ਨਾ ਕਬਜ਼ੇ 'ਚ, ਤੇ ਇਹਨਾਂ ਫੜਿਆ ਟਰੱਕ ਵੀ ਲਾਇਆ ਵਾ, ਅਤੇ ਬੇਨਤੀ ਹੈ ਟਰੱਕ ਵਾਲਾ ਨਿਕਲਣਾ ਵੀ ਚਾਹੀਦਾ ਨਾ, ਟਰੱਕ ਵਾਲਾ ਡਰਾਈਵਰ। ਹਾਂਜੀ, ਮਾਤਰ ਬੰਦੇ ਸਾਡੀ ਸੁਣਵਾਈ ਹੋਣੀ ਚਾਹੀਦੀ।
ਕਿੱਥੋਂ ਆ ਰਹੇ ਸੀ? ਸਰ ਇੱਥੋਂ ਕਿਤੇ ਆਏ ਗਏ, ਕੀ ਕੰਮ ਕਰਦਾ ਸੀ? ਸਰਵਿਸ ਕਰਦਾ ਸੀ। ਕੀ ਕੰਮ ਕਰਦਾ ਸੀ? ਮੇਰੇ ਦਵਾਈ ਲੈ ਕੇ ਆ ਰਹੇ ਸੀਗੇ, ਨਾਲ ਬੱਚਾ ਛੋਟਾ ਢਿੱਲਾ, ਉਹ ਦਵਾਈ ਲੈ ਕੇ ਆ ਰਿਹਾ। ਉੱਥੋਂ ਸਰ ਰੋਂਗ ਸਾਈਡ ਲਿਆ ਕੇ ਟਰੱਕ ਵਾਲੇ ਨੇ, ਵੇਖੋ ਵੀਡੀਓ ਚੰਗੀ ਤਰ੍ਹਾਂ ਦੇਖ ਲਓ, ਇਹ ਬਿਲਕੁਲ ਆਪਣੇ ਹੱਥ ਆ ਜੀ, ਤੇ ਦੂਜਾ ਟਰੱਕ ਜਿਹੜਾ ਰੋਂਗ ਸਾਈਡ ਸੀ, ਸ਼ਾਇਦ ਕਿ ਹੋ ਸਕਦਾ ਵੀ ਉਹਨੇ ਨਸ਼ਾ ਪਤਾ ਕੀਤਾ ਹੋਵੇ, ਤੇ ਉਹਨੇ ਸਰ ਬਿਲਕੁਲ ਉੱਪਰ ਚੜਾਤਾ। ਦੇਖੋ ਮੋਟਰਸਾਈਕਲ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ, ਮੋਟਰਸਾਈਕਲ ਬਿਲਕੁਲ ਚੜਾ ਲੱਗ ਗਿਆ। ਹਾਂ, ਤੇ ਸਿਰ ਦਾ ਵੇਖੋ ਤੁਸੀਂ, ਦੇਖਿਆ ਮੈਂ ਪੁੱਛ ਲਿਆ ਸੀ, ਚੀਜ਼ ਬਹੁਤ ਬੁਰਾ ਹਾਲ ਹੈ। ਟਰੱਕ ਵਾਲਾ ਜਿਹੜਾ ਉਸ ਟਾਈਮ ਕਿੱਥੇ? ਟਰੱਕ ਵਾਲਾ ਸਰ ਅਰੈਸਟ ਕੀਤਾ ਹੋਇਆ ਆਪਣੇ ਆਪ ਮੁਲਾਜ਼ਮ ਭਰਾਵਾਂ ਨੇ, ਮੌਕੇ ਤੇ ਪੁਲਿਸ ਪਹੁੰਚ ਗਈ ਸੀ। ਹਾਂ ਜੀ, ਹਾਂ ਜੀ ਸਰ, ਮੁਲਾਜ਼ਮ ਪੂਰਾ ਆਪਣਾ ਇਸ ਟਾਈਮ ਸਾਥ ਦੇ ਆ। ਪਰ ਉਹ ਇਹਨਾਂ ਦੀ ਕੋਈ ਬੇਨਤੀ ਹੈ ਹੱਥ ਜੋੜ ਕੇ ਵੀ ਸਰ ਇਹਨਾਂ ਨੂੰ ਸਭ ਤੋਂ ਸਬਸਿਡੀ ਦਿੱਤੀ ਜਾਵੇ, ਕਿਉਂਕਿ ਘਰ ਤੇ ਬਰਬਾਦ ਹੋ ਗਿਆ ਸਰ, ਮੰਮੀ ਵੀ ਪੂਰੀ ਹੋ ਗਈ, ਨਾਲ ਬੇਟੇ ਦਾ ਵੀ ਪਤਾ ਕੋਈ ਨੀ ਹੁੰਦਾ, ਬੱਚੇ ਦਾ ਵੀ ਕੁਛ ਕਹਿ ਨੀ ਸਕਦੇ, ਤੇ ਆਪ ਦੇ ਮੌਕੇ ਦੀ ਤਾਂ ਹੋ ਗਿਆ ਨਾ। ਮੈਂ ਜਿਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਉਮਰ ਕਿੰਨੀ ਸੀ? ਉਹਨਾਂ ਦੀ ਕੋਈ 24 ਸਾਲ ਹੋਏਗੀ ਸਰ। ਤੇ ਜਿਹੜੇ ਇਹਨਾਂ ਦੀ ਮਾਤਾ ਜੀ ਸੁਮਿਤਰਾ ਕੌਰ, ਉਹਨਾਂ ਦੀ ਉਮਰ ਕਿੰਨੀ ਸੀ? ਲੈ ਕੇ ਚਲੋ 50-55 ਜਿੰਨੇ ਹੋ ਗਏ, ਇਸ ਤੋਂ ਵੱਧ ਨੀ। ਅਸੀਂ ਆਪਣੇ ਜੰਡਿਆਲਾ ਗੁਰੂ ਤੇ ਵੈਰਵਾ ਉੱਥੇ ਗਊਸ਼ਾਲਾ ਰੋਡ, ਮਾਤਾ ਰਾਣੀ ਦੇ ਬੈਕ ਸਾਈਡ ਸੀਗੇ, ਉਹ ਜਿਹੜਾ ਟੀਨਾ ਜਿਹਾ ਟਾੜਾ ਟਾੜਾ ਲੱਗਾ ਹੋਇਆ ਸਚਾਈ ਦਫ਼ਤਰ, ਉਹਦੇ ਬਿਲਕੁਲ ਦੇ ਕੇ ਰਹਿੰਦੇ ਸਰ, ਤੇ ਹੱਥ ਜੋੜ ਕੇ ਵੇਚਦੇ ਹਾਂ, ਤੇ ਆਪਾਂ ਗਰੀਬ ਬੰਦੇ ਹਾਂ ਤੇ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ। ਹਾਂਜੀ, ਥੈਂਕ ਯੂ, ਠੀਕ ਹੈ ਜੀ। ਹਾਂਜੀ ਸਰ, ਸ਼ੁਭ ਨਾਮ? ਏਐਸ ਕੁਲਵਿੰਦਰ ਸਿੰਘ। ਸਰ, ਪਿੰਡ ਗਹਿਰੀ ਮੰਡੀ ਵਿਖੇ ਜਿਹੜਾ ਐਕਸੀਡੈਂਟ ਹੋਇਆ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਲੜਕਾ ਰਮਨ ਕੁਮਾਰ, ਇਹਨਾਂ ਦੀ ਮਦਰ ਸੁਮਿਤਰਾ ਤੇ ਬੇਟਾ ਲਖਨ ਜੀ, ਇਹ ਇੱਧਰੋਂ ਆਪਣੀ ਬਾਈਕ ਤੇ ਆ ਰਹੇ ਸੀਗੇ ਪਿੰਡ ਭੰਗਵਾ ਤੋਂ ਗਹਿਰੀ ਕਸਬੇ ਨੂੰ ਜਾ ਰਹੇ ਸੀ, ਤੇ ਫਾਟਕ ਦੇ ਉੱਪਰ ਸਰ ਇੱਕ ਟਰੱਕ ਆਇਆ ਜੀ ਦੂਸਰੀ ਸਾਈਡ ਤੋਂ, ਤੇ ਟਰੱਕ ਨਾਲ ਇਹਨਾਂ ਦੀ ਹਿੱਟ ਹੋਣ ਕਰਕੇ ਤੇ ਰਮਨ ਦੀ ਤੇ ਮੌਕੇ ਤੇ ਮੌਤ ਹੋ ਗਈ ਹੈ ਜੀ, ਇਹਨਾਂ ਦੀ ਮਿਸਜ ਨੂੰ ਤੇ ਸੋਰੀ ਇਹਨਾਂ ਦੀ ਮਦਰ ਸੁਮਿਤਰਾ ਜੀ ਤੇ ਬੇਟਾ ਲਖਨ ਜੀ, ਉਹ 108 ਜ਼ਰੀਏ ਸਰ ਗੁਰੂ ਨਾਨਕ ਹੋਸਪਿਟਲ ਇਲਾਜ ਲਈ ਭੇਜਦੇ ਆ ਜੀ, ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਹਨਾਂ ਦਾ ਕਹਿਣਾ ਹੈ ਜੀ ਕਿ ਸੁਮਿਤਰਾ ਦੀ ਵੀ ਮਤਲਬ ਮੌਤ ਹੋ ਗਈ, ਉਹਦੇ ਸੰਬੰਧ ਚ ਡਾਕਟਰ ਸਾਹਿਬ ਡਿਕਲੇਅਰ ਕਰੇਗਾ ਜੀ। ਥੈਂਕ ਯੂ ਸਰ। ਪਿੰਡ ਗਹਿਰੀ ਮੰਡੀ ਵਿਖੇ ਜਿਹੜਾ ਐਕਸੀਡੈਂਟ ਹੋਇਆ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਜੀ, ਲੜਕਾ ਰਮਨ ਕੁਮਾਰ, ਇਹਨਾਂ ਦੀ ਮਦਰ ਸੁਮਿਤਰਾ ਤੇ ਬੇਟਾ ਲਖਨ ਜੀ, ਇਹ ਇੱਧਰੋਂ ਆਪਣੀ ਬਾਈਕ ਤੇ ਆ ਰਹੇ ਸੀਗੇ ਪਿੰਡ ਭੰਗਵਾ ਤੋਂ ਗਹਿਰੀ ਕਸਬੇ ਨੂੰ ਜਾ ਰਹੇ ਸੀ, ਤੇ ਫਾਟਕ ਦੇ ਉੱਪਰ ਸਰ ਇੱਕ ਟਰੱਕ ਆਇਆ ਜੀ ਦੂਸਰੀ ਸਾਈਡ ਤੋਂ, ਤੇ ਟਰੱਕ ਨਾਲ ਇਹਨਾਂ ਦੀ ਹਿੱਟ ਹੋਣ ਕਰਕੇ ਤੇ ਰਮਨ ਦੀ ਤੇ ਮੌਕੇ ਤੇ ਮੌਤ ਹੋ ਗਈ ਹੈ ਜੀ, ਇਹਨਾਂ ਦੀ ਮਿਸਜ ਨੂੰ ਤੇ ਸੋਰੀ ਇਹਨਾਂ ਦੀ ਮਦਰ ਸੁਮਿਤਰਾ ਜੀ ਤੇ ਬੇਟਾ ਲਖਨ ਜੀ, ਉਹ 108 ਜ਼ਰੀਏ ਸਰ ਗੁਰੂ ਨਾਨਕ ਹੋਸਪਿਟਲ ਇਲਾਜ ਲਈ ਭੇਜਦੇ ਆ ਜੀ, ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਹਨਾਂ ਦਾ ਕਹਿਣਾ ਹੈ ਜੀ ਕਿ ਸੁਮਿਤਰਾ ਦੀ ਵੀ ਮਤਲਬ ਮੌਤ ਹੋ ਗਈ, ਉਹਦੇ ਸੰਬੰਧ ਚ ਡਾਕਟਰ ਸਾਹਿਬ ਡਿਕਲੇਅਰ ਕਰੇਗਾ ਜੀ। ਥੈਂਕ ਯੂ ਸਰ। ਨਾ ਹੋਵੋ ਪਰੇਸ਼ਾਨ, ਸਾਰੇ ਇਲਮਾਂ ਦੀ ਕਾਟ ਮੇਰੇ ਕੋਲ। ਬੇਗਮ ਸ਼ਹਿਨਾਜ਼ ਜੀ, 25 ਸਾਲ ਦਾ ਤਜੁਰਬਾ, 9 ਇਲਮਾਂ ਦੀ ਤਾਕਤ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ PR ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ,
ਗੁਪਤ ਵਸ਼ੀਕਰਨ ਕਰਵਾਓ। ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ। ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ। ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ। ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ। ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658, 8725040658।